ਬਾਪੂ ਦੀ ਮਾਤਾ ਉਹ ਕਾਂਗਰਸ ਪਾਰਟੀ ਨਾਲ ਸੀ, ਰਹਿਣਗੇ ਤਾਂ ਰਹੇ ਆ, ਅਤੇ ਤੁਹਾਡੇ ਸਾਹਮਣੇ ਸਪੋਰਟ ਵੀ ਕੀਤੀ ਹੈ ਤਾਂ ਜਿਤਾਏ ਵੀ ਹੈ, 7 MP ਜਿਤਾਏ ਨੇ ਆਪਣਾ ਮਿਲਣਾ, ਅਤੇ ਸਿੱਧੂ ਦਾ ਅੱਜ ਤੱਕ ਤੁਸੀਂ ਦੇਖ ਲਓ ਵੀ ਹੁਣ 4 ਫਰੇਮ ਹੋਏ ਨੇ, ਤਾਂ ਸਰਕਾਰ ਇਹਦੇ ਕਿਤੇ ਨਾ ਕਿਤੇ ਚੁੱਪ ਰਹੀ ਹੈ, ਸਰਕਾਰ ਕਰਕੇ ਉਹ ਫੈਕਟ ਹੈ ਜਿਹੜਾ ਸਿੱਧੂ ਫੈਕਟ ਕਰਕੇ ਉਹ ਕਾਂਗਰਸ ਨੂੰ ਇਹ ਵੱਡੀ ਲੀਡ ਪਈ ਹੈ, ਅਤੇ ਝਾੜੂ ਦੀ ਵੀ ਵੋਟ ਬੈਂਕ ਘਟਿਆ ਉਹ ਸਿੱਧੂ ਕਰਕੇ ਘਟਿਆ ਜੀ, ਪਾਰਟੀ ਨੂੰ ਬਣਦੇ ਆ ਜੋ ਤਾਂ ਉਹਨਾਂ ਨੇ ਟਰਾਈ ਕੀਤਾ, ਤਾਂ ਫਿਰ ਸੱਤ ਸੀਟਾਂ ਤਾਂ ਉਹਦੇ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ, ਉਹਨਾਂ ਦੇ ਨਾਲ ਰਹੀ ਹੈ ਸਰਕਾਰ, ਗੈਂਗਸਟਰ ਨੂੰ ਆਪਦੇ ਬੁੱਕਲ 'ਚ ਰੱਖਦੀ ਰਹੀ ਹੈ, ਉਹਨਾਂ ਨੂੰ ਬਚਾਉਂਦੀ ਰਹੀ ਹੈ, ਕਿ ਸਰਕਾਰਾਂ ਨੇ ਤੁਹਾਨੂੰ ਪਤਾ ਹੀ ਹੈ ਜੇਲ੍ਹਾਂ ਦੇ ਵਿੱਚ ਇੰਟਰਵਿਊ ਕਰਾਉਣੀਆਂ, ਨਸ਼ੇ ਫੈਲਾਉਣੇ, ਇੱਥੇ ਗੁੰਡਾਗਰਦੀ ਕਰਾਉਣੀ, ਉਹ ਸਾਰੇ ਵਿਦਵਾਨ ਬੋਲਦੇ ਆ ਬਾਪੂ ਨੂੰ ਇਹ ਨਹੀਂ ਕਰਨਾ ਚਾਹੀਦਾ, ਬਾਪੂ ਨੂੰ ਇੱਧਰ ਨਹੀਂ ਜਾਣਾ ਚਾਹੀਦਾ ਜੀ, ਦੇਖੋ ਅਗਲੇ ਦੀ ਆਪਣੀ ਮਨ ਮਰਜ਼ੀ ਹੈ, ਜਿੱਦਾਂ ਮਰਜ਼ੀ ਜਾਓ ਤੁਸੀਂ, ਜਿੱਦਾਂ ਮਰਜ਼ੀ ਜਾਓ, ਦਾਦਾ ਵੀ ਕਾਂਗਰਸੀ, ਉਹਦਾ ਪੜਦਾਦਾ ਵੀ ਕਾਂਗਰਸੀ, ਫਿਰ ਪਿਓ ਵੀ ਕਾਂਗਰਸੀ, ਫਿਰ ਸਰਪੰਚ ਵੀ ਕਾਂਗਰਸੀ, ਪੂਰੀ ਫੁੱਲ ਸਪੋਰਟ ਕੀਤੀ ਹੈ, ਜਮਾਂ ਨੰਗੇ ਧੜ ਉਹਨਾਂ ਦੀ ਜਾ ਕੇ ਸਪੋਰਟ ਕੀਤੀ ਹੈ, ਹੋਰ ਵੀ ਕਰੂੰਗਾ ਅੱਜ ਆਹ ਦਿਨਾਂ ਦੇ ਵਿੱਚ ਆ ਕੇ ਜਿਹੜੇ 84 ਦੇ ਦੰਗਿਆਂ ਨੂੰ ਯਾਦ ਕਰਦੇ ਆ ਲੋਕ, ਕਿ ਮੁੜ ਕੇ ਬਸ ਆਹ ਵੋਟਾਂ ਪੈ ਗਈਆਂ, ਕੋਈ ਪੰਥਕ ਮੁੱਦਾ ਨਹੀਂ ਹੋਣਾ, ਕੋਈ ਤਖ਼ਤ ਸਾਹਿਬ ਨਹੀਂ ਹੋਣਾ, ਬਸ ਰਾਮ ਰਾਮ। ਲੋਕ ਸਭਾ ਚੋਣਾਂ ਹੋਈਆਂ, ਨਤੀਜੇ ਸਭ ਦੇ ਸਾਹਮਣੇ ਨੇ ਕਿ ਕਿਹੜੀ ਪਾਰਟੀ ਨੇ ਮੱਲਾਂ ਮਾਰੀਆਂ ਪੰਜਾਬ ਦੇ ਵਿੱਚ, ਅਤੇ ਸਭ ਤੋਂ ਵੱਧ ਜੇ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿਹੜੀਆਂ ਜਿੱਤੀਆਂ ਨੇ, ਅਤੇ ਸਭ ਤੋਂ ਵੱਡਾ ਫੈਕਟਰ ਕੀ ਬਣਦਾ ਹੈ ਜਿੱਤ ਦਾ, ਉਹ ਜਾਣਨਾ ਬੜਾ ਜ਼ਰੂਰੀ ਹੈ ਕਿ ਕਿਉਂ ਲੋਕਾਂ ਨੇ ਕਾਂਗਰਸ ਨੂੰ ਫਤਵਾ ਦਿੱਤਾ ਅਤੇ ਕਿਉਂ ਆਮ ਆਦਮੀ ਪਾਰਟੀ ਨੂੰ ਪਿੱਛੇ ਛੱਡਿਆ। ਸਾਰੀ ਗੱਲਬਾਤ ਕਰਦੇ ਹਾਂ, ਸਾਡੇ ਨਾਲ ਸੁਖਪਾਲ ਪਾਲੀ ਨੰਬਰਦਾਰ ਹੈ। ਪਾਲੀ, ਕਿਵੇਂ ਦੇਖਦੇ ਹੋ ਵੀ ਕਾਂਗਰਸ ਦੀਆਂ ਇੰਨੀਆਂ ਸੀਟਾਂ ਆਉਣੀਆਂ, ਅਤੇ ਪਹਿਲਾਂ 92 MLA ਆਮ ਆਦਮੀ ਪਾਰਟੀ ਦੇ ਵਿਧਾਨ ਸਭਾ 'ਚ ਜਿੱਤੇ ਸੀ, ਅਤੇ ਇੱਕੋ ਦਮ ਇੰਨਾ ਚੇਂਜ ਕਿਵੇਂ ਆ ਗਿਆ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਮੈਂ ਤਾਂ ਇਹੀ ਸਮਝੂੰਗਾ ਜਿਵੇਂ ਪਿਛਲੀ ਸਰਕਾਰਾਂ ਨੇ, ਤੁਹਾਨੂੰ ਪਤਾ ਹੀ ਹੈ ਜੇਲ੍ਹਾਂ ਦੇ ਵਿੱਚ ਇੰਟਰਵਿਊ ਕਰਾਉਣੀਆਂ, ਨਸ਼ੇ ਫੈਲਾਉਣੇ, ਇੱਥੇ ਗੁੰਡਾਗਰਦੀ ਕਰਾਉਣੀ, ਇੱਥੇ ਦੁਕਾਨਾਂ 'ਤੇ ਬੈਠੇ ਵਪਾਰੀਆਂ 'ਤੇ ਗੋਲੀਆਂ ਮਾਰ ਜਾਣੀਆਂ, ਮਤਲਬ ਇਹ ਲੋਕਾਂ ਨੂੰ ਦੇਖਦੇ ਹੋਏ ਜਿਵੇਂ ਸਿੱਧੂ ਨੂੰ ਸਾਫ ਨਾ ਮਿਲਣਾ, ਅਤੇ ਸਿੱਧੂ ਦਾ ਅੱਜ ਤੱਕ ਤੁਸੀਂ ਦੇਖ ਲਓ ਵੀ ਹੁਣ 4 ਫਰੇਮ ਹੋਏ ਨੇ, ਤਾਂ ਸਰਕਾਰ ਇਹਦੇ ਕਿਤੇ ਨਾ ਕਿਤੇ ਚੁੱਪ ਰਹੀ ਹੈ, ਸਰਕਾਰ ਉਹਨਾਂ ਦੇ ਨਾਲ ਰਹੀ ਹੈ, ਸਰਕਾਰ ਗੈਂਗਸਟਰਾਂ ਨੂੰ ਆਪਦੇ ਬੁੱਕਲ 'ਚ ਰੱਖਦੀ ਰਹੀ ਹੈ, ਉਹਨਾਂ ਨੂੰ ਬਚਾਉਂਦੀ ਰਹੀ ਹੈ, ਉਹਨਾਂ ਨੂੰ ਵਧੀਆ ਸਹੂਲਤਾਂ ਦੇ ਰਹੀ ਹੈ ਜੇਲ੍ਹਾਂ ਦੇ ਵਿੱਚ, ਉਹਨੂੰ ਦੇਖਦੇ ਹੋਏ, ਕਿਉਂਕਿ ਹਰ ਐਤਵਾਰ ਬਾਪੂ ਜੀ ਤੁਹਾਨੂੰ ਪਤਾ ਬੋਲਦੀ ਹੁੰਦੇ ਸੀ ਵੀ ਆਹ ਜੇਲ੍ਹ ਦੇ ਵਿੱਚ ਆ ਗੈਂਗਸਟਰ ਆਹ ਸਹੂਲਤਾਂ ਮਾਣ ਰਹੇ ਨੇ, ਜਾਂ ਉਹ ਇੱਦਾਂ ਸੋਫਿਆਂ 'ਤੇ ਬੈੱਡ 'ਤੇ ਪੈਂਦੇ ਆ, ਉਹਨਾਂ ਕੋਲ ਮੋਬਾਈਲ ਦਿੱਤੇ ਜਾਂਦੇ ਆ, ਤਾਂ ਉਹ ਹਰ ਐਤਵਾਰ ਲੋਕਾਂ ਦੇ ਉਹ ਗੱਲਾਂ ਦੁਹਰਾਈਆਂ ਜਾਂਦੀਆਂ ਸੀ, ਤਾਂ ਉਹ ਗੱਲਾਂ ਲੋਕਾਂ ਦੇ ਘਰ ਘਰ ਗਈਆਂ, ਤਾਂ ਉਸ ਕਰਕੇ ਉਹ ਫੈਕਟ ਹੈ ਜਿਹੜਾ ਸਿੱਧੂ ਫੈਕਟ ਕਰਕੇ ਉਹ ਕਾਂਗਰਸ ਨੂੰ ਇਹ ਵੱਡੀ ਲੀਡ ਪਈ ਹੈ, ਅਤੇ ਝਾੜੂ ਦੀ ਜਿਹੜੀ ਵੋਟ ਬੈਂਕ ਘਟਿਆ ਉਹ ਸਿੱਧੂ ਕਰਕੇ ਘਟਿਆ ਜੀ। ਅਤੇ ਲੱਗਦਾ ਵੀ ਹੁਣ ਕਿਤੇ ਨਾ ਕਿਤੇ ਜਿਹੜੀ ਜਸਟਿਸ ਦੀ ਉਮੀਦ ਆ ਉਹ ਵੱਧ ਗਈ, ਕਿਉਂਕਿ ਸਿੱਧੂ ਦੇ ਪਿਤਾ ਵੀ ਕਹਿੰਦੇ ਸੀਗੇ ਵੀ ਹੁਣ ਕਾਂਗਰਸ ਦਾ ਪ੍ਰਚਾਰ ਕੀਤਾ ਤਾਂ ਜਸਟਿਸ ਦੀ ਪਾਰਲੀਮੈਂਟ 'ਚ ਮੰਗ ਕੀਤੀ ਜਾਊਗੀ। ਬਿਲਕੁਲ ਜੀ ਬਿਲਕੁਲ, ਦੇਖੋ ਜਦੋਂ ਕਿਸੇ ਆਪਾਂ ਆਪ 'ਚ ਭਰਾ ਭਾਈ ਅਤੇ ਭਾਈ ਖੜ੍ਹਦੇ ਹਾਂ, ਦੋ 1 ਤੋਂ 4 ਹੱਥ ਹੁੰਦੇ ਆ, ਤਾਂ ਉਹ ਤਾਂ ਸੁਭਾਵਿਕ ਹੀ ਆ ਵੀ ਇਨਸਾਫ ਸਾਨੂੰ ਉਮੀਦ ਆ ਪੂਰੀ ਤਾਂ ਮਿਲ ਜਾਣੀ ਹੈ। ਅਤੇ ਤੁਸੀਂ ਦੇਖੋ ਪਿਛਲੀ ਵਾਰੀ ਤੁਸੀਂ ਨਿਗਾਹ ਮਾਰੋ, ਹੁਣ ਇੱਥੇ ਆਪਾਂ ਦੇਖੋ ਨਿਗਾਹ ਮਾਰੀਏ ਤਾਂ ਬਹੁਤ ਸਾਰੇ ਵਿਦਵਾਨ ਬੋਲਦੇ ਆ ਬਾਪੂ ਨੂੰ ਇਹ ਨਹੀਂ ਕਰਨਾ ਚਾਹੀਦਾ, ਬਾਪੂ ਨੂੰ ਇੱਧਰ ਨਹੀਂ ਜਾਣਾ ਚਾਹੀਦਾ ਜੀ, ਦੇਖੋ ਅਗਲੇ ਦੀ ਆਪਣੀ ਮਨ ਮਰਜ਼ੀ ਹੈ, ਜਿੱਦਾਂ ਮਰਜ਼ੀ ਜਾਓ ਤੁਸੀਂ, ਜਿੱਦਾਂ ਮਰਜ਼ੀ ਜਾਓ, ਆਜ਼ਾਦੀ ਹੈ ਜੀ ਵੋਟ ਪਾਉਣ ਦੀ, ਅਧਿਕਾਰ ਹੈ, ਕਿਹਦੀ ਸਪੋਰਟ ਕਰਦਾ ਉਹ। ਤਾਂ ਮੈਂ ਇੱਕ ਇੱਥੇ ਸਵਾਲ ਹੋਰ ਵੀ ਕਰੂੰਗਾ, ਅੱਜ ਆਹ ਦਿਨਾਂ ਦੇ ਵਿੱਚ ਆ ਕੇ ਉਹ ਜਿਹੜੇ 84 ਦੇ ਦੰਗਿਆਂ ਨੂੰ ਯਾਦ ਕਰਦੇ ਆ ਲੋਕ, ਤਾਂ ਜਿਨ੍ਹਾਂ ਨੇ 84 ਦੇ ਦੰਗਿਆਂ ਦੇ ਵਿੱਚ ਉਹ ਭੇਟ ਚੜ੍ਹਿਆ ਹੈ, ਤਾਂ ਉਹਨਾਂ ਦੇ ਘਰਾਂ ਦਾ ਹਾਲ ਦੇਖੋ, ਆ ਜਿਹੜਾ ਘਾਹ ਉਗਰਿਆ ਪਿਆ ਉਹਨਾਂ ਦਾ ਪੰਥਕ ਜਾ ਕੇ ਉਹਨਾਂ ਦਾ ਕੋਈ ਸਾਰ ਲੈਂਦਾ, ਅੱਜ ਦੇ ਦਿਨਾਂ ਦੇ ਵਿੱਚ ਆ ਕੇ ਉਸ ਯਾਦ ਕਰ ਲੈਂਦੇ ਨੇ ਆ ਕੇ। ਮੈਂ ਕਹਿੰਦਾ ਵੀ ਯਾਦ ਕਰਨਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ, ਸਾਡਾ ਤਖ਼ਤ ਸਾਹਿਬ ਹੈ, ਪਰ ਉਹਨੂੰ ਅੱਜ ਹੀ ਕਿਉਂ ਯਾਦ ਕੀਤਾ, ਤਾਂ ਮਗਰੋਂ ਕਿਉਂ ਨਹੀਂ ਲੋਕ ਯਾਦ ਕਰਦੇ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਭੇਟ ਚੜ੍ਹੇ ਨੇ ਸਵੇਕ ਵਰਗੇ, ਉਹਨਾਂ ਦੇ ਘਰ ਜਾ ਕੇ ਘਾਹ ਦੇਖੋ ਕਿਹੜੇ ਕਿਹੜਾ ਹੋਇਆ, ਤਾਂ ਉਹ ਪੰਥਕ ਸਾਡੇ ਸਹਾਰ ਕਿਉਂ ਲੈਂਦੇ ਘਰ ਦੀ, ਅੱਜ ਯਾਦ ਕਰਕੇ ਮੁੜ ਕੇ ਬਸ ਆਹ ਵੋਟਾਂ ਪੈ ਗਈਆਂ,
ਕੋਈ ਪੰਥਕ ਮੁੱਦਾ ਨਹੀਂ ਹੋਣਾ, ਕੋਈ ਤਖ਼ਤ ਸਾਹਿਬ ਨਹੀਂ ਹੋਣਾ, ਬਸ ਰਾਮ ਰਾਮ। ਤਾਂ ਜਿੱਥੇ ਮੈਂ ਇੱਥੇ ਇਹ ਵੀ ਕਹੂੰਗਾ ਵੀ ਜਿੱਥੇ ਲੋਕ ਇਹਨੂੰ ਭੰਡਦੇ ਆ ਜਾਂ ਕਾਂਗਰਸ ਪਾਰਟੀ ਨੂੰ ਭੰਡਦੇ ਆ ਜੋ ਤਾਂ ਉਹਨਾਂ ਨੇ ਟਰਾਈ ਕੀਤਾ, ਤਾਂ ਫਿਰ ਸੱਤ ਸੀਟਾਂ ਤਾਂ ਉਹਦੇ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ, ਜੇ ਉਹ ਮਾੜੇ ਹੁੰਦੇ ਤਾਂ ਫਿਰ ਲੋਕ ਵੋਟ ਕੋ ਪਾਉਂਦੇ ਉਹਨਾਂ ਨੂੰ। ਤਾਂ ਮੈਂ ਕਹਿੰਦਾ ਵੀ ਜਿਹੜਾ ਵਿਦਵਾਨ ਆ ਉਹ ਆਪਦੇ ਵਿਦਵਾਨੀ ਆਪਦੇ ਘਰ ਰੱਖਣ, ਤਾਂ ਉਹ ਉਸ ਕਰਕੇ ਵੀ ਜਿਹੜੇ ਪਾਰਟੀ ਕੋਈ ਚੰਗਾ ਕੰਮ ਕਰਦੀ ਹੈ ਤਾਂ ਲੋਕ ਉਹਨੂੰ ਚੁਣਦੇ ਨੇ। ਅਤੇ ਇਹ ਵੀ ਕਹਿ ਸਕਦੇ ਹਾਂ ਵੀ ਜੇ ਪਾਰਟੀ ਦੀ ਗੱਲ ਆਉਂਦੀ ਹੈ, ਕਿਉਂਕਿ ਸਿੱਧੂ ਨੇ ਵੀ ਕਾਂਗਰਸ ਨੂੰ ਚੁਣਿਆ, ਤਾਂ ਕਿਤੇ ਨਾ ਕਿਤੇ ਪਰਿਵਾਰ ਦਾ ਵੀ ਕਾਂਗਰਸ ਦੇ ਨਾਲ ਜੁੜਨਾ ਬਣਦਾ ਸੀ। ਨਹੀਂ, ਚੁਣਿਆ ਨਹੀਂ ਸੀ, ਉਹ ਪਹਿਲੀ ਕਾਂਗਰਸੀ ਸੀ, ਦਾਦਾ ਵੀ ਕਾਂਗਰਸੀ, ਉਹਦਾ ਪੜਦਾਦਾ ਵੀ ਕਾਂਗਰਸੀ, ਫਿਰ ਪਿਓ ਵੀ ਕਾਂਗਰਸੀ, ਫਿਰ ਸਰਪੰਚ ਵੀ ਕਾਂਗਰਸੀ ਸੀ, ਚੋਣ ਲੜ ਕੇ ਪਿੰਡ ਦੇ ਬਣੇ ਸੀ, ਤਾਂ ਉਹ ਕਿਸੇ ਨਾਲ ਜੁਆਇਨਿੰਗ ਨਹੀਂ ਹੋਏ, ਉਹ ਪਹਿਲੀ ਕਾਂਗਰਸੀ ਆ ਰੋੜੀ, ਅਤੇ ਕਾਂਗਰਸੀ ਹੈ ਅਤੇ ਰਹਿਣਗੇ। ਅਤੇ ਹੁਣ ਲੱਗਦਾ ਵੀ ਪਾਰਲੀਮੈਂਟ 'ਚ ਉਹ ਮੁੱਦਾ ਜਿਹੜਾ ਆਵਾਜ਼ ਜਿਹੜੀ ਹੈ ਚੱਕੀ ਜਾਊਗੀ, ਸੱਤ ਐਮ ਪੀ ਚੁਣ ਕੇ, ਕਿਉਂਕਿ ਬਾਪੂ ਜੀ ਨੇ ਉਹਨਾਂ ਦੀ ਪੂਰੀ ਫੁੱਲ ਸਪੋਰਟ ਕੀਤੀ ਹੈ, ਜਮਾਂ ਨੰਗੇ ਧੜ ਉਹਨਾਂ ਦੀ ਜਾ ਕੇ ਸਪੋਰਟ ਕੀਤੀ ਹੈ। ਚਲੋ ਮੈਂ ਉਹ ਤਾਂ ਪਹਿਲਾਂ ਬੋਲ ਹੀ ਦਿੱਤਾ, ਪਹਿਲਾਂ ਮੈਂ ਕਹਿ ਦਿੱਤਾ ਤੁਹਾਡੇ ਕੈਮਰੇ ਅੱਗੇ ਵੀ ਭਾਈ ਉਹ ਲੋਕਾਂ ਜਿਹੜੇ ਵਿਦਵਾਨ ਹੈ ਉਹ ਆਪਦੀ ਮਹੱਤਾ ਆਪਦੇ ਕੋਲ ਰੱਖਣ, ਜਿਹਨੂੰ ਕੋਈ ਚੰਗਾ ਲੱਗਦਾ ਉੱਧਰ ਜਾ ਕੇ ਵੋਟ ਪਾਵੇ, ਜਿਹਨੂੰ ਚੰਗਾ ਲੱਗਦਾ ਸਪੋਰਟ ਕਰੇ, ਤਾਂ ਉਹ ਉਹਨਾਂ ਦੀ ਮੱਤ ਹੋਊਗੀ। ਪਰ ਬਾਪੂ ਦੀ ਮੱਤ ਆ ਉਹ ਕਾਂਗਰਸ ਪਾਰਟੀ ਨਾਲ ਸੀ, ਰਹਿਣਗੇ ਤਾਂ ਰਹੇ ਆ, ਅਤੇ ਤੁਹਾਡੇ ਸਾਹਮਣੇ ਸਪੋਰਟ ਵੀ ਕੀਤੀ ਹੈ ਤਾਂ ਜਿਤਾਏ ਵੀ ਹੈ, ਸੱਤ ਐਮ ਪੀ ਜਿਤਾਏ ਨੇ, ਤਾਂ ਉਹ ਅੱਜ ਉਹ ਜਾ ਕੇ ਸਿੱਧੂ ਦੀ ਆਵਾਜ਼ ਵੀ ਉਠਾਉਣਗੇ। ਸਿੱਧੂ ਦੇ ਚਾਹੁਣ ਵਾਲੇ ਨੇ ਤਾਂ ਦਿਖਾਤਾ ਵੀ ਅਸੀਂ ਜਸਟਿਸ ਦੇ ਲਈ ਕੁਛ ਵੀ ਕਰਾਂਗੇ। ਬਿਲਕੁਲ ਜੀ ਬਿਲਕੁਲ, ਉਹ ਅੱਗੇ ਵੀ ਕਰਦੇ ਰਵਾਂਗੇ, ਅੱਗੇ ਵੀ ਕਰਦੇ ਰਵਾਂਗੇ, ਤਾਂ ਹੁਣ ਵੀ ਕੀਤਾ ਅੱਗੇ ਵੀ ਕਰਦੇ ਰਵਾਂਗੇ। ਤਾਂ ਬਿਲਕੁਲ, ਸਿੱਧੂ ਮੂਸੇ ਵਾਲਾ ਵੱਡਾ ਫੈਕਟਰ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਨਜ਼ਰ ਆਇਆ, ਕਿਉਂਕਿ ਸਿੱਧੂ ਦੇ ਪਿਤਾ ਕਾਂਗਰਸ ਦੀ ਹਰ ਇੱਕ ਕੰਪੇਨ ਦੇ ਵਿੱਚ ਗਏ ਸੀ ਅਤੇ ਕਾਂਗਰਸ ਦੀਆਂ 7 ਸੀਟਾਂ ਆਉਣੀਆਂ, ਇੱਕੋ ਦਮ ਆਮ ਆਦਮੀ ਪਾਰਟੀ ਤੋਂ ਕਾਂਗਰਸ ਵੱਲ ਲੋਕਾਂ ਦਾ ਝੁਕਾਅ, ਕਿਤੇ ਵੱਡਾ ਫੈਕਟਰ ਸਿੱਧੂ ਮੂਸੇ ਵਾਲਾ ਨਜ਼ਰ ਆ ਰਿਹਾ। ਤਾਂ ਸਿੱਧੂ ਮੂਸੇ ਵਾਲੇ ਨੂੰ ਚੋਣ ਵਾਲੇ ਪਹਿਲਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਤਾਂ ਜੋ ਉਹਨਾਂ ਆਗੂਆਂ ਤੱਕ ਵੀ, ਉਹਨਾਂ ਲੋਕਾਂ ਤੱਕ ਵੀ ਪਹੁੰਚ ਜੇ, ਕਿਉਂਕਿ ਸਿੱਧੂ ਦੇ ਜਸਟਿਸ ਲਈ ਲੋਕ ਅੱਜ ਵੀ ਉਕਸਰ ਰਹੇ ਨੇ, ਕਿਉਂਕਿ ਲੋਕਾਂ ਦੇ ਵਿੱਚ ਇੱਕ ਉਮੀਦ ਬਣੀ ਹੋਈ ਹੈ ਕਿ ਜਦੋਂ ਇਹ ਐਮ ਪੀ ਜਿੱਤਣਗੇ ਪਾਰਲੀਮੈਂਟ ਦੇ ਵਿੱਚ ਜਾਣਗੇ, ਪਹਿਲਾਂ ਜਦੋਂ ਸੈਸ਼ਨ ਸ਼ੁਰੂ ਹੋਏਗਾ ਤਾਂ ਸਾਰੇ ਐਮ ਪੀ ਜਸਟਿਸ ਦੀ ਮੰਗ ਕਰਨਗੇ। ਤਾਂ ਹੁਣ ਜਸਟਿਸ ਦੀ ਮੰਗ ਦੇ ਲਈ ਕੌਣ ਕੌਣ ਤਿਆਰ ਹੈ ਅਤੇ ਕਿਹਨੇ ਕਿਹਨੇ ਇਸ ਸਹਿਯੋਗ ਦੇ ਵਿੱਚ ਯੋਗਦਾਨ ਪਾਇਆ, ਉਹ ਕਮੈਂਟ ਕਰਕੇ ਆਪਣੀ ਰਾਏ ਕਰਿਓ ਸਾਂਝੀ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਧੰਨਵਾਦ।